ਤੂੰ ਮੈਨੂੰ ਕਿਉਂ ਨੀ ਚੰਗਾ ਕਰਦਾ? ਘਰੋਂ ਪ੍ਰਾਰਥਨਾ ਕਰਕੇ ਆਏ ਸੀ,
ਜਿੱਥੇ ਮਾਸਟਰ ਨੂੰ ਬੋਲਿਆ ਗਿਆ ਵੀ ਤੁਹਾਨੂੰ ਰੀੜ੍ਹ ਦੀ ਹੱਡੀ ਦੇ ਰੋਗ ਛੱਡ ਕੇ ਚਲੇ ਜਾਣ ਤੇ ਉਸ ਵਕਤ ਤੁਸੀਂ ਵਿਸ਼ਵਾਸ ਨਾਲ ਸ਼ਬਦਾਂ ਨੂੰ ਰਸੀਵ ਕੀਤਾ ਤੇ ਤੁਹਾਨੂੰ ਕੀ ਮਹਿਸੂਸ ਆਇਆ ਉਦੋਂ ਇੱਕੇ ਦਮ ਲਾਟ ਨਿਕਲੀ ਮੇਰੇ ਅਸ਼ਾ ਤੋਂ ਲਾਟ ਤੋਂ ਇਤਾਂ ਹੀ ਥੱਲੇ ਅੱਡੀ ਤਾਂ ਹੀ ਗਈਆਂ ਅਸ਼ਾ ਵੀ ਤੁਹਾਨੂੰ ਇਹ ਲੱਗਿਆ ਵੀ ਜਿਵੇਂ ਆਗ ਨਿਕਲੀ ਹੁੰਦੀ ਹੈ ਹਾਂਜੀ ਆਗ ਨਿਕਲੀ ਹੁੰਦੀ ਹੈ ਇਹ ਲਾਟ ਹੀ ਨਿਕਲੀ ਹਾਂਜੀ ਉਸ ਤੋਂ ਬਾਅਦ ਤੁਸੀਂ ਚੈੱਕ ਕਰਕੇ ਦੇਖਿਆ ਹਾਂਜੀ ਉਸ ਤੋਂ ਬਾਅਦ ਮੈਂ ਇੱਥੇ ਬੈਠੀ ਵੀ ਰਹੀ ਆ ਕੁਝ ਨਹੀਂ ਜਮਾ ਵੀ ਕੋਈ ਅਸ਼ਾ ਬੈਠ ਕੇ ਵੀ ਦੇਖਿਆ ਕੋਈ ਟੋਈ ਚ ਦਰਦ ਨਹੀਂ ਨਹੀਂ ਕੋਈ ਨਹੀਂ 7 ਸਾਲਾਂ ਦਾ ਰੋਗ ਪਰਮੇਸ਼ਰ ਨੇ ਇੱਕ ਸਕਿੰਟ ਚ ਕਰ ਦਿੱਤਾ ਇੱਕ ਸਕਿੰਟ ਚ ਆਖ ਦੇ ਸੰਭੇ ਨਾਲੇ ਪ੍ਰਭੂ ਲਈ ਵੱਡੀ ਸਾਰੀ ਤਾਰੀਫ ਕਰਦਾ हमारे YouTube चैनल को सब्सक्राइब करें ताकि आप परमेश्वर के गहरे वेदों को जान सकें कि कैसे आप परमेश्वर में बढ़ सकते हैं, कैसे आप दुष्ट आत्माओं से, नशों से, बीमारियों से और वंशों के श्रापों से आजाद हो सकते हैं।